ਪੁਰਾਣੇ ਲੋਕ ਖੁਸ਼ ਰਹਿੰਦੇ ਸੀ ਕਿਉਂਕਿ ਉਹ ਸਵੇਰੇ ਉੱਠ ਪੈਂਦੇ ਸੀ ਜਦੋਂ ਸੂਰਜ ਚੜ੍ਹਦਾ ਸੀ ਉਦੋਂ ਬੀਬੀਆਂ ਬੰਦੇ ਵੀ ਜਾਗ ਪੈਂਦੇ ਸੀ ਤੇ ਅੱਜ ਕੱਲ ਦਾ ਜਿਹੜਾ ਸਮਾਂ ਹੈ ਅੱਜ ਕੱਲ ਲੋਕੀ ਆਮ ਹੀ 8 ਵਜ ਜਾਂਦੇ ਨੇ ਸੁੱਤਿਆਂ ਪਿਆ 9 ਵੀ ਵਜ ਜਾਂਦੇ ਨੇ ਕਈ ਚੰਗੇ ਭਲੇ ਉੱਠ ਸਕਦੇ ਨੇ ਉੱਠਦੇ ਨੇ 10 ਵਜੇ ਤੱਕ 11 ਵਜੇ ਤੱਕ 12 ਵਜੇ ਤੱਕ ਸੀਰੀਜ਼ ਵੇਖੀ ਜਾਣਗੇ ਮੂਵੀ ਵੇਖੀ ਜਾਣਗੇ ਅੱਜ ਕੱਲ ਫੋਨਾਂ 'ਚ ਹੀ ਚੱਲਦਾ ਸਭ ਕੁਝ ਤੇ ਸਵੇਰੇ ਜਾਗਿਆ ਨਹੀਂ ਜਾਂਦਾ ਜਦੋਂ ਅਸੀਂ ਸਵੇਰ ਦੀ ਧੁੱਪ ਨਹੀਂ ਲੈਂਦੇ ਲੱਭੂ ਜੀ ਇੱਧਰ ਵੇਖੋ ਨਹੁੰ ਬਾਅਦ 'ਚ ਠੀਕ ਕਰ ਲਈ ਜਦੋਂ ਅਸੀਂ ਸਵੇਰ ਦੀ ਧੁੱਪ ਨਹੀਂ ਲੈਂਦੇ ਫਿਰ ਉਹਦਾ ਨੁਕਸਾਨ ਹੁੰਦਾ ਫਿਰ ਨੁਕਸਾਨ ਫਿਰ ਬਿਮਾਰੀਆਂ ਵੱਜ ਜਾਂਦੀਆਂ ਅਗਰ ਕੈਮੀਕਲ ਸਹੀ ਤਰੀਕੇ ਨਾਲ ਰਿਲੀਜ਼ ਉਦੋਂ ਹੁੰਦਾ ਜੇ ਅਸੀਂ ਸਵੇਰੇ ਸਵੇਰ ਦੀ ਧੁੱਪ ਲਈਏ ਤੇ ਸ਼ਾਮ ਸੂਰਜ ਚੜ੍ਹਦਾ ਹੋਵੇ ਉਦੋਂ ਜਾਂ ਜਦੋਂ ਸੂਰਜ ਲੈਂਦਾ ਘਰਾਂ 'ਚ ਬੈਠੇ ਜ਼ਰੂਰ ਨੋਟ ਕਰੋ 5-10 ਮਿੰਟ 15 ਕੁ ਮਿੰਟ ਜਦੋਂ ਸੂਰਜ ਚੜ੍ਹਦਾ ਹੁੰਦਾ ਤਕਰੀਬਨ ਅੱਜ ਕੱਲ੍ਹ ਤੇ 6:30 ਹੀ ਵਜਾ ਦਿੰਦਾ 6:30 ਵੱਜ ਹੀ ਜਾਂਦੇ 6:30 ਵਜੇ ਉੱਪਰ ਚਲੇ ਜਾਓ ਛੱਤ ਤੇ ਬਹਿ ਜਾਓ ਬਸ ਐਂ ਜਿੰਨਾ ਕੁ ਕੱਪੜਾ ਉੱਪਰ ਕਰ ਲਓ ਜਿੰਨਾ ਕੁ ਸੇਕ ਲੱਗ ਸਕਦਾ ਸਰੀਰ ਨੂੰ ਲੱਗਣ ਜੇ ਬੰਦਾ ਪੂਰੀ ਬੋਡੀ ਦੇ ਉੱਤੇ ਮੂਧਾ ਪੈ ਜਾਵੇ ਪੂਰੇ ਸਰੀਰ ਦੇ ਉੱਤੇ ਧੁੱਪ ਲੱਗੇ ਇਹ ਬਹੁਤ ਜ਼ਿਆਦਾ ਚੰਗੀ ਹੈ ਸਾਡੀ ਉਹਦੇ ਨਾਲ ਸਿਹਤ ਚੰਗੀ ਰਹਿੰਦੀ ਹੁਣ ਸਵੇਰੇ ਵਾਲੀ ਧੁੱਪ ਸ਼ਾਮ ਵਾਲੀ ਉਦੋਂ ਬੈਲੈਂਸ ਹੈ ਉਦੋਂ ਸੇਕ ਜ਼ਿਆਦਾ ਵੀ ਨਹੀਂ ਘੱਟ ਵੀ ਨਹੀਂ ਬੈਲੈਂਸ ਧੁੱਪ ਕਿੰਨੀ ਚੰਗੀ ਹੈ ਹਰ ਚੀਜ਼ ਦਾ ਬੈਲੈਂਸ ਠੀਕ ਹੈ ਇੱਕ ਗੱਲ ਨੋਟ ਕਰੋ ਦੁਨੀਆ 'ਚ ਕੋਈ ਚੀਜ਼ ਮਾੜੀ ਨਹੀਂ ਵੱਧ ਖਾ ਲਓ ਫਿਰ ਮਾੜੀ ਘੱਟ ਖਾ ਲਓ ਫਿਰ ਇੱਕ ਵੀ ਚੀਜ਼ ਮਾੜੀ ਵਰਤੋਂ ਵੱਧ ਜਾਂ ਘੱਟ ਮਾੜੀ ਹੁੰਦੀ ਹੈ ਸੱਪਾਂ ਦੀ ਜ਼ਹਿਰ ਮਾੜੀ ਹੈ ਉਹ ਵੀ ਦਵਾਈਆਂ 'ਚ ਪੈਂਦੀ ਹੈ ਵਰਤੋਂ 'ਚ ਕੋਈ ਚੀਜ਼ ਵੀ ਦੁਨੀਆ 'ਚ ਮਾੜੀ ਸੱਚ ਇਹ ਹੈ ਕਿ ਸ਼ਰਾਬ ਵੀ ਬੜੀਆਂ ਦਵਾਈਆਂ 'ਚ ਪੈਂਦੀ ਹੈ ਅਫੀਮ 80% ਦਵਾਈਆਂ 'ਚ ਪੈਂਦੀ ਹੈ 80% ਮੈਡੀਸਨ ਵਿੱਚ ਅਫੀਮ ਪੈਂਦੀ ਹੈ ਸ਼ਰਾਬ ਵੀ ਪੈਂਦੀ ਹੈ ਮਤਲਬ ਕੀ ਹੈ ਕਿ ਦਵਾਈਆਂ 'ਚ ਪਵੇ ਤੇ ਚੰਗੀ ਹੈ ਸਿੱਧੀ ਪੀ ਲੈਂਦੇ ਹੋ ਮਾੜੀ ਅਫੀਮ ਦਵਾਈਆਂ 'ਚ ਪਏਗੀ ਤੇ ਚੰਗੀ ਹੈ ਸਿੱਧੀ ਖਾਣ ਵਾਲਾ ਬੰਦਾ ਉਹ ਮਾੜੀ ਨਸ਼ਾ ਕੋਈ ਵੀ ਹੈ ਬੜੀਆਂ ਦਵਾਈਆਂ ਦੇ ਵਿੱਚ ਇਹ ਚੀਜ਼ਾਂ ਵਰਤੋਂ ਹੁੰਦੀਆਂ ਨੇ ਹੁਣ ਘਿਓ ਖਾਣਾ ਚੰਗਾ ਹੈ ਪਰ ਜੇ ਲਿਮਟ 'ਚ ਖਾਧਾ ਜਾਵੇ ਹੁਣ ਗਾਂ ਦਾ ਘਿਓ ਠੰਡਾ ਹੀ ਹੁੰਦਾ ਹੈ ਇੱਕ ਚਮਚਾ ਦੇਸੀ ਗਾਂ ਦਾ ਘਿਓ ਬੰਦਾ ਰੋਜ਼ ਖਾਂਦਾ ਰਹੇ ਚੰਗਾ ਪਰ ਜੇ ਹੁਣ ਮੰਨ ਲਓ ਅਗਲਾ ਕਹੇ ਅੱਛਾ ਪਾ ਦੇ ਫਿਰ ਤਾਂ ਹੁਣ 7 ਚਮਚੇ 8 ਚਮਚੇ ਪਵਾ ਲਏ ਫਿਰ ਮਾੜੇ ਹੁਣ ਥੋੜ੍ਹਾ ਬਹੁਤ ਬੈਲੈਂਸ 'ਚ ਖਾਣਾ ਘਿਓ ਨਹੀਂ ਮਾੜਾ ਉੱਦਾਂ ਘਿਓ ਮਾੜਾ ਫਿਰ ਹਰ ਚੀਜ਼ ਨੂੰ ਲਿਮਟ 'ਚ ਖਾਧਾ ਜਾਵੇ ਲਿਮਟ 'ਚ ਟੀਵੀ ਵੇਖ ਲਓ ਲਿਮਟ 'ਚ ਫੋਨ ਵੇਖ ਲਓ ਲਿਮਟ 'ਚ ਫੇਸਬੁੱਕ ਵੇਖ ਲਓ ਫਿਰ ਕੋਈ ਮਾੜੀ ਨਹੀਂ ਪਰ ਜਦੋਂ ਅਸੀਂ ਕਮਲਿਆਂ ਵਾਂਗੂ ਜੇ ਫੇਸਬੁੱਕ ਵੇਖਣ ਲੱਗੇ ਫੋਨ ਚੈੱਕ ਕਰ ਲਓ 7 ਘੰਟੇ 6 ਘੰਟੇ 5 ਘੰਟੇ ਅੱਜ ਕਿੰਨਾ ਚਿਰ ਸਕਰੀਨ ਆਉਣ ਰਹੀ 8 ਘੰਟੇ ਅੱਜ ਸਕਰੀਨ ਕਿੰਨਾ ਚਿਰ ਆਉਣ ਰਹੀ 3 ਘੰਟੇ 4 ਘੰਟੇ 5 ਘੰਟੇ 6 ਘੰਟੇ 8 ਘੰਟੇ ਫਿਰ ਪੰਗਾ ਪੈਂਦਾ ਕੋਈ ਵੀ ਚੀਜ਼ ਮਾੜੀ ਚੰਗੀ ਨਹੀਂ ਹੁੰਦੀ ਵਰਤੋਂ ਕਿੰਨੀ ਕਰਦੇ ਆ ਫਿਰ ਗਲਤ ਤੇ ਠੀਕ ਹੋ ਜਾਂਦੀ ਹੈ ਕੋਈ ਵੀ ਦੁਨੀਆ ਦੀ ਚੀਜ਼ ਕੋਈ ਚੀਜ਼ ਮਾੜੀ ਵਰਤੋਂ ਗਲਤ ਠੀਕ ਹੋ ਸਕਦੀ ਹੈ ਕੁਦਰਤ ਜੋ ਬਣਿਆ ਸਭ ਚੰਗਾ ਹੈ ਵਰਤੋਂ ਗਲਤ ਠੀਕ ਹੁੰਦੀ ਹੈ ਤਾਂ ਸਾਰੇ ਦਾ ਸਾਰਾ ਪੰਗਾ ਪੈਂਦਾ ਮੁਸ਼ਕਲਾਂ ਫਿਰ ਇੱਥੇ ਖੜੀਆਂ ਹੋ ਜਾਂਦੀਆਂ ਇਸ ਕਰਕੇ ਹਰ ਚੀਜ਼ ਲਿਮਟ ਵਿੱਚ ਹੋਵੇ ਬੈਲੈਂਸ ਹੋਵੇ ਫਿਰ ਕੋਈ ਮਾੜੀ ਨਹੀਂ ਹੁਣ ਘਿਓ ਮੈਂ ਜਿੱਦਾਂ ਦੱਸਿਆ ਵੀ ਇੱਕ ਚਮਚਾ ਜਿਵੇਂ ਆਪਣੇ ਇੱਕ ਦਿਨ ਆਪਣਾ ਭਿੰਦਰ ਨਹੀਂ ਸਿਆਣਾ ਭਿੰਦਰ ਜਿਹੜਾ ਜ਼ਿਆਦਾ ਸੁਣਦਾ ਜਿਹਨੂੰ ਉਹ ਜ਼ਿਆਦਾ ਸੁਣਦੇ ਉਲਟ ਕੀ ਹੁੰਦਾ
ਨਹੀਂ ਨਹੀਂ ਇਦਾਂ ਨਹੀਂ ਆਪਾਂ ਕਹਿਣਾ ਉਹਨੂੰ ਨਾ ਉਹਨੇ ਇੱਕ ਦਿਨ ਕਿਸੇ ਦੇ ਘਰ ਆਪਾਂ ਗਏ ਉਦੋਂ ਗੱਡੀ ਨਾਲ ਗਿਆ ਤੇ ਉਹਨੇ ਨਾ ਬਦਾਮਾਂ ਦੀ ਮੁੱਠੀ ਭਰ ਲਈ ਮੁੱਠੀ ਵੀ ਨਹੀਂ ਬੁੱਕ ਭਰ ਲਈ ਹੁਣ ਉਹਨੂੰ ਜਦੋਂ ਕਿਹਾ ਵੀ ਇੰਨੇ ਬਦਾਮ ਤੂੰ ਚੱਕ ਲੈ ਵੀ ਪੰਜ ਖਾਣੇ ਚਾਹੀਦੇ ਨੇ ਰੋਜ਼ ਜਾਂ ਚਲੋ ਜੇ ਬਹੁਤਾ ਬੰਦਾ ਸੱਤ ਖਾ ਲੇ ਜ਼ਿਆਦਾ ਤੋਂ ਜ਼ਿਆਦਾ ਦਸ ਬਦਾਮ ਭਿਉਂ ਕੇ ਖਾਣੇ ਚਾਹੀਦੇ ਭਿਉਂ ਕੇ ਤਾਂ ਖਾਣੇ ਚਾਹੀਦੇ ਨੇ ਗਰਮ ਹੁੰਦੇ ਜਦੋਂ ਆਪਾਂ ਇਹਨੂੰ ਇੱਕ ਦਿਨ ਭਿਉਂ ਕੇ ਖਾਂਦੇ ਹਾਂ ਇਹ ਠੰਡੇ ਹੋ ਜਾਂਦੇ ਜਿਸ ਬੰਦੇ ਨੂੰ ਗਰਮੀ ਜ਼ਿਆਦਾ ਹੋਵੇ ਦੋ ਦਿਨ ਬਦਾਮ ਭਿਉਂਵੇ 48 ਘੰਟੇ 24 ਘੰਟੇ ਨਹੀਂ ਭਿਉਂਣੇ 48 ਘੰਟੇ ਭਿਉਂਵੇ 48 ਘੰਟਿਆਂ 'ਚ ਉਹਦੀ ਸਾਰੀ ਗਰਮੀ ਨਿਕਲ ਜਾਂਦੀ ਹੈ ਫਿਰ ਖਾ ਲਓ ਫਿਰ ਨਹੀਂ ਮਾੜੀ ਬਦਾਮਾਂ ਨੂੰ 5-7 ਗਿਰੀਆਂ ਜਿਹੜੀਆਂ ਨੇ ਭਿਉਂ ਕੇ ਰੱਖਣੀਆਂ ਚਾਹੀਦੀਆਂ ਨੇ ਸਵੇਰੇ ਖਾ ਖਾ ਜੇ ਗਰਮ ਕਰਕੇ ਪੰਗਾ ਫਿਰ ਉਹਨੂੰ ਦੋ ਦਿਨ ਬਾਅਦ ਖਾ ਖਾ ਉਹਨੇ ਚੱਕ ਲਈਆਂ ਇਕੱਠੀਆਂ 100-125 ਗਿਰੀ ਉਹਨੇ ਚੱਕ ਲਈ ਜਦੋਂ ਉਹਨਾਂ ਨਾਲ ਗੱਲ ਕੀਤੀ ਵੀ ਇੱਥੇ 5 ਰੋਜ਼ ਖਾਣੀਆਂ ਤੇ ਉਹ ਕੁਲਦੀਪ ਸਿੰਘ ਪਤਾ ਕੀ ਕਹਿੰਦਾ ਉਹ ਕਹਿੰਦਾ 5 ਦੇ ਹਿਸਾਬ ਨਾਲ ਇੰਨੀਆਂ ਹੀ ਬਣਦੀਆਂ ਨੇ ਕਹਿੰਦਾ ਕਹਿੰਦਾ ਹੁਣ ਸਾਨੂੰ ਕਿਹੜਾ ਰੋਜ਼ ਰੋਜ਼ ਬਦਾਮ ਮਿਲਦੇ ਨੇ ਜਿੱਦਣ ਮਿਲਦੇ ਨੇ ਉਦਣ ਇਕੱਠੇ ਹੀ ਖਾ ਲਈਏ ਕਹਿੰਦਾ 5-5 ਜੇ ਰੋਜ਼ 5-5 ਖਾਣੀਆਂ ਨੇ ਤੇ ਇਸ ਹਿਸਾਬ ਦੇ ਨਾਲ ਕਹਿੰਦਾ 1 ਮਹੀਨੇ ਬਾਅਦ ਹੀ ਕਦੇ ਖਾਈਦੇ ਨੇ ਤੇ ਆਪਣਾ ਕੋਟਾ ਕਹਿੰਦਾ ਇਕੱਠਾ ਹੀ ਪੂਰਾ ਕਰ ਲਈਦਾ ਹੁਣ 150 ਗਿਰੀ ਬਣ ਗਈ ਕਿ ਨਹੀਂ ਮਹੀਨੇ 'ਚ ਜੇ 5 ਰੋਜ਼ ਖਾਏ ਬੰਦਾ ਤੇ 150 ਗਿਰੀ ਰੂਪ ਬਣ ਗਈ ਮਹੀਨੇ ਦੀ ਉਹ ਕਹਿੰਦਾ ਜਿੱਦੇ ਮਿਲ ਜਾਣ ਫਿਰ 150 ਇਕੱਠੀਆਂ ਹੀ ਖਾ ਲਓ ਕਹਿੰਦਾ ਕੰਮ ਇੱਕ ਬਰਾਬਰ ਹੀ ਹੋ ਜਾਂਦਾ ਹੁਣ ਵੇਖੋ 150 ਖਾਧੀ ਮਾੜੀ ਪਰ ਜੇ 150 ਨੂੰ 5-5-5-5 ਕਰਕੇ ਖਾਧਾ ਫਿਰ ਕੋਈ ਮਾੜੀ ਬੈਲੈਂਸ ਖਾਧਾ ਜਾਵੇ ਫਿਰ ਕੋਈ ਮਾੜੀ ਹੁਣ ਬੰਦਾ ਇੱਕ ਅੱਧਾ ਪਰੌਂਠਾ ਖਾ ਲਵੇ ਕੋਈ ਮਾੜਾ ਨਹੀਂ ਪਰ ਜੇ 9 ਖਾਵੇ 8 ਖਾਵੇ ਤੇ ਸਾਡੇ ਬੰਦੇ ਕਈ ਵਾਰੀ ਜਿੱਦਮ ਜਿੱਦੀ ਵੀ ਖਾਂਦੇ ਵੇਖੇ ਮੈਂ ਵੱਧ ਖਾਂਦਾ ਕੀ ਇਹਦੇ 'ਚ ਕਾਹਦੀ ਬਹਾਦਰੀ ਹੁੰਦੀ ਹੈ ਇਹਦੇ ਵਿੱਚ ਕੋਈ ਬੰਦਾ ਸੂਰਮਾ ਥੋੜ੍ਹਾ ਬਣ ਜਾਂਦਾ ਵੀ ਮੈਂ ਪਰੌਂਠੇ ਵੱਧ ਖਾਂਦਾ ਜਾਂ ਮੈਂ ਘੱਟ ਖਾਂਦਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬੈਲੈਂਸ ਜਿਹੜਾ ਰੱਖਣਾ ਹੈ ਨਾ ਉਹ ਬੜਾ ਜ਼ਰੂਰੀ ਹੁੰਦਾ ਲਿਮਟ ਵਿੱਚ ਹਰ ਚੀਜ਼ ਹੋਵੇ ਤੇ ਤਾਂ ਕਰਕੇ ਸਾਨੂੰ ਅੱਸੂ ਦਾ ਮਹੀਨਾ ਜਾਂ ਕਹਿ ਲਓ ਨਵੰਬਰ ਦਾ ਮਹੀਨਾ ਇੰਡੀਆ 'ਚ ਸਭ ਤੋਂ ਸੋਹਣਾ ਹੁੰਦਾ ਉੱਥੇ ਬੈਲੈਂਸ ਹੈ ਨਾ ਸਰਦੀ ਨਾ ਬਹੁਤੀ ਗਰਮੀ ਤਾਂ ਹੀ ਵਧੀਆ ਲੱਗਦਾ ਉਹ ਮਹੀਨਾ ਨਵੰਬਰ ਦਾ ਵੇਖਿਓ ਕਿੰਨਾ ਸੋਹਣਾ ਧੂੰਆਂ ਵੀ ਉੱਡ ਜਾਣਾ ਤੇ ਦੀਵਾਲੀ ਤੋਂ ਬਾਅਦ ਵੇਖਿਓ ਜਦੋਂ ਨਵੰਬਰ ਆਉਣਾ 1 ਤੋਂ ਲੈ ਕੇ 31 ਤੱਕ ਇੰਨਾ ਸੋਹਣਾ ਮੌਸਮ ਹੁੰਦਾ ਹੈ ਐਂ ਲੱਗਦਾ ਵੀ ਇੰਡੀਆ ਵਰਗਾ ਦੇਸ਼ ਹੀ ਕੋਈ ਕੋਈ ਤੇ ਉਧਰੋਂ ਫਿਰ ਫਰਵਰੀ ਐਂ ਲੱਗਦਾ ਇਹਦੇ ਵਰਗਾ ਦੇਸ਼ ਹੀ ਕੋਈ ਨਹੀਂ ਕਿਉਂਕਿ ਉਦੋਂ ਬੈਲੈਂਸ ਹੈ ਇਹ ਕੁਦਰਤ ਦਾ ਸਿਸਟਮ ਹੈ ਤੇ ਕੁਦਰਤ ਦੇ ਇਸ ਸਿਸਟਮ ਤੋਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ 'ਚ ਬੈਲੈਂਸ ਬੜਾ ਜ਼ਰੂਰੀ ਹੈ ਹੁਣ ਮੈਂ ਮੁੰਡੇ ਨੂੰ ਇੰਦਰਜੀਤ ਨੂੰ ਉਦਣ ਕਹਿੰਦਾ ਸੀ ਮੈਂ ਕਿਹਾ ਪਿੰਡ ਜਾ ਇਹ ਕਹਿੰਦਾ ਜੀ ਮੈਂ ਤੇ ਹੁਣ 15 ਦਿਨ ਇੱਥੇ ਰਹਾਂਗਾ ਮੈਂ ਇਹਨੂੰ ਵਾਰ ਵਾਰ ਕਹਿੰਦਾ ਸੀ ਵੀ ਤੇਰੇ ਬੱਚੇ ਹੈ ਘਰ ਵਾਲੀ ਹੈ 24 ਸਾਲਾਂ ਦਾ 2 ਬੱਚੇ ਨੇ ਲੈ ਦੇ ਮਤਲਬ 2 ਬੱਚੇ ਨੇ ਇਹਦੇ 24 ਸਾਲ ਦੇ ਬੱਚੇ ਬੰਦੇ ਦੇ ਐਡੀ ਕੁ ਉਮਰ ਹੈ ਤੇ ਬੱਚੇ 2 ਹੈ ਤੇ ਮੈਂ ਇਹਨੂੰ ਕਹਿੰਦਾ ਸੀ ਵੀ ਤੇਰੇ ਘਰ ਵਾਲੀ ਹੈ ਤੇਰੇ ਬੱਚੇ ਨੇ ਹੁਣ ਤੂੰ ਹਫ਼ਤੇ 'ਚ 1 ਦਿਨ ਜਾਏਗਾ 2 ਦਿਨ ਜਾਏਗਾ ਇੱਥੋਂ ਉੱਥੇ ਆਊਟਿੰਗ ਹੋ ਜਾਣੀ ਉੱਥੋਂ ਫਿਰ ਤੈਨੂੰ ਚਾਹ ਹੋਣਾ ਵੀ ਮੈਂ ਇੱਧਰ ਨੂੰ ਜਾਵਾਂ ਵੀ 5 ਦਿਨ ਇੱਥੇ ਲਾ ਲੈ 2 ਦਿਨ ਘਰ ਲਾ ਲੈ ਜਾਂ ਫਿਰ ਇੱਦਾਂ ਕਰ ਲੈ ਵੀ 10 ਦਿਨ ਇੱਥੇ ਲਾ ਲੈ 3-4 ਦਿਨ ਘਰ ਲਾ ਲੈ ਬੈਲੈਂਸ ਬਣਿਆ ਖਿੱਚ ਬਣੀ ਹੁਣ ਜੇ ਬੰਦਾ ਇੱਥੇ ਹੀ ਬੈਠਾ ਰਵੇ ਉਹਨੇ ਇੱਥੋਂ ਸਦਾ ਹੀ ਅੱਕ ਜਾਣਾ ਵੀ ਮੈਂ ਚੱਲਿਆ ਹੁਣ ਮੈਂ ਆਉਣਾ ਹੀ ਨਹੀਂ ਜਿਹੜਾ ਉੱਧਰ ਬੈਠਾ ਰਵੇ ਉਹਦਾ ਫਿਰ ਇੱਧਰ ਵਾਲਾ ਕੰਮ ਖਰਾਬ ਹੋ ਜਾਣਾ ਜਿਹੜੀ ਲਾਈਫ ਆ ਉਹਨੂੰ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੁੰਦਾ ਕੰਮ ਵੀ ਕਰੀ ਜਾਣਾ ਪੜ੍ਹਾਈ ਵੀ ਕਰੀ ਜਾਣੀ ਸਾਜ ਵੀ ਸਿੱਖੀ ਜਾਣੇ ਸੇਵਾ ਵੀ ਕਰੀ ਜਾਣੀ ਮਤਲਬ ਬੈਲੈਂਸ 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 ਹੁਣ ਆਪਾਂ ਦੀਵਾਨ ਨਹੀਂ ਲਾਉਂਦੇ ਤਾਂ ਵੀ ਮਨ ਪਰੇਸ਼ਾਨ ਹੋਇਆ ਨਾ ਸਾਰਿਆਂ ਦੇ ਵੀ ਦੀਵਾਨ ਨਹੀਂ ਲਾਉਂਦੇ ਮੈਂ ਤੇ ਪਰੇਸ਼ਾਨ ਹੋ ਜਾਂਦਾ ਵੀ ਵਿਹਲੇ ਵਿਹਲੇ ਫਿਰਦੇ ਹਾਲਾਂਕਿ ਰੋਜ਼ ਮੈਂ ਬੋਲਦਾ ਨਵੀਂ ਸਵੇਰ ਦਾ ਨਵਾਂ ਪਰ ਵਿਹਲੇ ਸਿਹਤ ਕਰਕੇ ਰਹਿਣਾ ਪੈ ਗਿਆ ਮਜਬੂਰੀ ਬਣੀ ਪਰ ਸੋਚੋ ਵੀ ਜੇ ਦੀਵਾਨ ਹੀ ਲਾਈ ਜਾਈਏ ਹੁਣ ਆਪਾਂ ਕੀਰਤਨ ਕਰੀਏ ਹੁਣ ਆਪਾਂ ਸਮਾਪਤੀ ਕਰੀਏ ਸਵੇਰੇ ਆਪਾਂ ਆਸਾ ਦੀ ਵਾਰ ਲਾਈਏ ਦੁਪਹਿਰੇ ਆਪਾਂ ਫੇਰ ਕਰੀਏ
ਕੱਲ ਸ਼ਾਮ ਦਾ ਫੇਰ ਕਰੀਏ, ਪਰਸੋਂ ਦਾ ਫੇਰ ਕਰੀਏ, ਪਰਸੋਂ ਰਾਤ ਦਾ ਫੇਰ ਕਰੀਏ, ਇੰਨਾ ਚ ਹੀ ਅੱਧੇ ਭੱਜਣ ਨੂੰ ਤਿਆਰ ਹੋ ਜਾਣਗੇ। ਮੇਰੇ ਟੌਂਸਰ ਹੋ ਗਏ, ਮੇਰਾ ਗਲਾ ਸੁੱਜ ਗਿਆ, ਮੇਰੇ ਹੱਥ ਪਾਟ ਗਏ, ਮੈਂ ਚੱਲਿਆ, ਮੈਂ ਨੀਂਦ ਨਹੀਂ ਪੂਰੀ ਹੁੰਦੀ। ਜਦੋਂ ਦੀਵਾਨ ਲੱਗਦੇ ਸੀ ਉਦੋਂ ਵੀ ਔਖੇ ਸੀ, ਹੁਣ ਕਈਆਂ ਨੂੰ ਪੁੱਛ ਲਓ ਵਿਹਲੇ ਰਹਿ ਰਹੇ ਕਿ ਕਹਿੰਦੇ ਹੁਣ ਵੀ ਔਖੇ, ਕਿਉਂਕਿ ਬੈਲੈਂਸ। ਤੇ ਤਾਂ ਮੈਂ ਕਹਿੰਦਾ ਹੁੰਦਾ ਵੀ ਹਫ਼ਤੇ ਚ ਤਿੰਨ ਚਾਰ ਪ੍ਰੋਗਰਾਮ ਕਰੋ, ਫਿਰ ਹਫ਼ਤੇ ਚ ਤਿੰਨ ਚਾਰ ਦਿਨ ਕੰਮ ਕਰ ਲਓ, ਮਾਇੰਡ ਜਿਹੜਾ ਉਹ ਇਦਾਂ ਇਦਾਂ ਚੱਲਦਾ ਰਹੇ, ਬੈਲੈਂਸ ਸਿਸਟਮ ਫਿਰ। ਤੇ ਜ਼ਿੰਦਗੀ ਜੇ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਇਹਦੇ ਨਾਲ ਬੈਲੈਂਸ ਵਿੱਚ ਚੱਲਦੀ ਹੈ, ਜਦੋਂ ਵਧੀਆ ਰਹਿੰਦੀ ਹੈ। ਤੇ ਸਾਨੂੰ ਹਰ ਬੰਦੇ ਆਪਣੀ ਜ਼ਿੰਦਗੀ ਬੈਲੈਂਸ ਕਰਨੀ ਚਾਹੀਦੀ। ਤੇ ਜਿਹੜੇ ਬੰਦੇ ਬੈਲੈਂਸ ਵਿਗਾੜਦੇ ਨੇ ਜ਼ਿਆਦਾਤਰ ਉਹੀ ਦੁਖੀ ਹੁੰਦੇ ਨੇ। ਅੱਛਾ ਹੁਣ ਬੈਲੈਂਸ ਕੌਣ ਬਣਾ ਕੇ ਰੱਖਦਾ? ਜਿਹੜਾ ਗਿਆਨਵਾਨ ਸਮਝਦਾਰ, ਐਕਸਾਈਟਮੈਂਟ ਨਹੀਂ ਇਦਾਂ ਇੰਨਾ ਨਹੀਂ ਹੁੰਦਾ। ਹੁਣ ਮੰਨ ਲਓ ਵੀ ਅੱਜ ਕਿਸੇ ਬੰਦੇ ਨੇ ਆਪਾਂ ਨੂੰ ਉੱਥੇ ਪਾਰਟੀ ਦੇ ਦਿੱਤੀ, ਉਹਨੇ ਕਿਹਾ ਮੇਰਾ ਜਨਮ ਦਿਨ ਹੈ, ਤੁਸੀਂ ਪੀਜੇ ਮੰਗਾ ਲਓ, ਆਪਾਂ ਪੀਜੇ ਮੰਗਾ ਲਏ। ਇੱਕ ਬੰਦਾ ਕਹਿੰਦਾ ਵੀ ਚਾਰ ਸਲਾਈ ਸਿਖਾ ਲਈ, ਮੇਰੇ ਢਿੱਡ ਦੇ ਹਿਸਾਬ ਨਾਲ ਬਹੁਤ ਵਧੀਆ, ਠੀਕ। ਇੱਕ ਬੰਦਾ ਕਹਿੰਦਾ ਵੀ ਚਾਰ ਨਾਲ ਕਿੱਥੇ, ਅੱਠ ਤੇ ਚਾਹੀਦਾ। ਹੁਣ ਬੈਲੈਂਸ ਨਹੀਂ ਰਿਹਾ, ਉਹੀ ਪੀਜ਼ਾ ਫਿਰ ਤੰਗ ਕਰਦਾ। ਪਰ ਜੇ ਬੈਲੈਂਸ ਵਿੱਚ ਖਾਈਏ, ਲਿਮਿਟ ਵਿੱਚ ਖਾਈਏ, ਫਿਰ ਆਪਣੇ ਆਪ ਠੀਕ ਰਹਿੰਦਾ। ਵਾਕ ਕਰੀਏ, ਸੈਰ ਕਰੀਏ, ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਵੀ ਬੈਲੈਂਸ ਕਰੋ, ਬੈਲੈਂਸ ਵਿੱਚ ਕਰੋ। ਲੋੜ ਤੋਂ ਵੱਧ ਐਕਸਰਸਾਈਜ਼ ਕੀਤੀ ਵੀ ਬੰਦੇ ਨੂੰ ਨੁਕਸਾਨ ਕਰਦੀ, ਲੋੜ ਤੋਂ ਵੱਧ ਭੱਜਣਾ ਵੀ ਮਾੜਾ, ਤੇ ਲੋੜ ਤੋਂ ਵੱਧ ਬੈਠੇ ਰਹਿਣਾ ਵੀ ਮਾੜਾ, ਲੋੜ ਤੋਂ ਵੱਧ ਖਾਣਾ ਵੀ ਮਾੜਾ, ਤੇ ਲੋੜ ਤੋਂ ਘੱਟ ਖਾਣਾ ਵੀ ਮਾੜਾ। ਬੈਲੈਂਸ, ਬਸ ਜਿਹੜਾ ਬੰਦਾ ਬੈਲੈਂਸ ਕਰਨਾ ਸਿੱਖ ਜਾਂਦਾ, ਹਰ ਚੀਜ਼ ਨੂੰ ਥਾਂ ਦੇਣਾ, ਟਾਈਮ ਦੇਣਾ ਸਿੱਖ ਜਾਂਦਾ, ਉਹਦੀ ਜ਼ਿੰਦਗੀ ਸਵਰਦੀ। ਹੁਣ ਅਗਲਾ ਪੁਆਇੰਟ ਇਹ ਹੈ ਵੀ ਬੈਲੈਂਸ ਕੌਣ ਕਰਦਾ ਭਲਾ? ਜਿਹੜਾ ਬੰਦਾ ਗਿਆਨਵਾਨ, ਜਿਸ ਬੰਦੇ ਦੇ ਮਨ ਤੇ ਗਿਆਨ ਦਾ ਕੁੰਡਾ ਹੈ। ਹੁਣ ਮੱਝ ਹੈ ਸਾਡੀ, ਪਰ ਜੇ ਉਹਨੂੰ ਕੁੰਡਾ ਪਾਇਆ ਹੋਇਆ, ਸੰਗਲ ਪਾਇਆ ਹੋਇਆ, ਫਿਰ ਰਹਿੰਦੀ ਹੈ ਠੀਕ, ਤੇ ਜੇ ਸੰਗਲ ਲਾ ਦਈਏ ਫਿਰ ਤੇ ਬਰਬਾਦ ਕਰ ਦਿੰਦੀਆਂ ਨੇ ਫਸਲਾਂ। ਬੰਦਾ ਉਹ ਆਪਣੇ ਮਨ ਤੇ ਕੰਟਰੋਲ ਕਰ ਸਕਦਾ ਹੈ ਜਿਸ ਬੰਦੇ ਦੇ ਉੱਤੇ ਗਿਆਨ ਦਾ ਕੁੰਡਾ ਹੈ। ਮਨ ਹੈਗਾ ਅਥਰਾ ਘੂੜਾ, ਅਥਰਾ ਘੂੜਾ ਹੈ ਮਨ, ਤੇ ਇਹਦੇ ਤੇ ਕਾਬੂ ਪਾ ਕੇ ਰੱਖਣਾ ਪੈਂਦਾ ਗਿਆਨ ਨਾਲ। ਹੁਣ ਜਿਹੜੇ ਬੰਦੇ ਦਾ ਸੰਗਲ ਤਕੜਾ, ਕਿੱਲਾ ਤਕੜਾ, ਗਿਆਨ ਤਕੜਾ, ਗਿਆਨਵਾਨ ਬੰਦਾ ਫਿਰ ਕੀ ਕਹਿੰਦਾ ਵੀ ਆਹ ਨਹੀਂ ਕਰਨਾ, ਐ ਨਹੀਂ ਕਰਨਾ, ਆਹ ਨਹੀਂ ਕਰਨਾ। ਦਿਮਾਗੀ ਬੰਦੇ, ਅਕਲ ਵਾਲੇ ਬੰਦੇ ਆਪਣੀ ਜ਼ਿੰਦਗੀ ਨੂੰ ਬੈਲੈਂਸ ਕਰਦੇ, ਸੌਖੇ ਰਹਿੰਦੇ। ਤੇ ਜਿਹੜਾ ਬੰਦਾ ਬੈਲੈਂਸ ਨਹੀਂ ਕਰਦਾ, ਬੈਲੈਂਸ ਉਹਨੇ ਕਰਨਾ ਜਿਹਨੂੰ ਅਕਲ ਹੋਈ, ਬੇਅਕਲ ਬੰਦਾ ਬੈਲੈਂਸ ਨਹੀਂ ਕਰ ਸਕਦਾ। ਉਹ ਪਸ਼ੂਆਂ ਵਾਂਗੂ ਖਾਏਗਾ, ਪਸ਼ੂਆਂ ਵਾਂਗੂ ਸੁੱਤਾ ਪਏਗਾ, ਜੇ ਸੋਏਗਾ ਤੇ ਡੰਗਰਾਂ ਵਾਂਗੂ। ਉਹਨੂੰ ਨੀ ਪਤਾ ਵੀ 7 ਵਜੇ ਉੱਠਣਾ ਕਿ 8 ਵਜੇ ਉੱਠਣਾ ਕਿ 9 ਵਜੇ ਉੱਠਣਾ। ਜਦੋਂ ਜਾਗ ਆ ਗਈ ਉੱਠ ਪੈਂਦੇ, ਜਦੋਂ ਜੀ ਕਰਦਾ ਖਾਣ ਚਲੇ ਜਾਂਦੇ। ਕਿੰਨਾ ਖਾਂਦੇ ਆ, ਕੋਈ ਲਿਮਿਟ ਨਹੀਂ, ਕੋਈ ਸਿਸਟਮ ਨਹੀਂ। ਆਪਣੇ ਇੱਥੇ ਮੈਂ ਵੇਖਿਆ ਅਜੈਬ ਸਿੰਘ ਹੁਣੀ ਆਉਂਦੇ ਹੁੰਦੇ, ਦੋ ਫੁਲਕੇ ਰੱਖ ਦੋ, ਸਬਜ਼ੀ ਜਿਹੜੀ ਬਣੀ, ਸਬਜ਼ੀਆਂ ਭਾਵੇਂ 3 ਬਣੀਆਂ, ਇੱਕ ਚੱਕਣੀ, ਇੱਕ ਪਾ ਦੇ ਭਾਈ ਜਿਹੜੀ ਬਣੀ। ਐ ਨੀ ਕਹਿਣਾ ਛੋਲਿਆਂ ਦੀ ਪਾ ਦੇ ਜਾਂ ਮੈਨੂੰ ਸਬਜ਼ੀ ਸੁੱਕੀ ਦੇ ਦੇ, ਦੋ ਹੀ ਫੁਲਕੇ ਚੱਕਣੇ ਨੇ, ਪ੍ਰਸ਼ਾਦੇ ਛੋਟੇ ਹੋਣ ਚਾਹੇ ਵੱਡੇ ਹੋਣ, ਤੀਜਾ ਨਹੀਂ ਲੈਣਾ, ਦੋ ਹੀ ਚੱਕਣੇ, ਦੋ ਪ੍ਰਸ਼ਾਦੇ ਐ ਚੱਕਣੇ, ਉੱਤੇ ਇਦਾਂ ਕੜਛੀ ਦੇ ਨਾਲ ਸਬਜ਼ੀ ਜਿਹੜੀ ਪਾ ਦੋ। ਉਹਨੇ ਨੀ ਕਹਿਣਾ ਵੀ ਆਹ ਪਾਣੀ ਹੈ ਮੈਨੂੰ ਆਹ ਸਵਾਦ ਲੱਗਦੀ ਹੈ, ਜਿਹੜੀ ਪਾਤੀ ਚੁੱਪ ਕਰਕੇ ਖਾ ਲਈ। ਦੋ ਫੁਲਕੇ ਸਵੇਰੇ, ਦੋ ਦੁਪਹਿਰੇ, ਦੋ ਸ਼ਾਮ, ਅਜੇ ਤੱਕ ਵੀ ਘੋੜੇ ਵਾਂਗੂ ਫਿਰਦਾ, ਕਿਉਂਕਿ ਬੈਲੈਂਸ ਪਤਾ ਹੈ। ਹੁਣ ਮੈਂ ਕਿਹੜੀ ਗੱਲ ਕਹਿਣੀ ਚਾਹੁੰਦਾ ਵੀ ਗਿਆਨ ਦਾ ਕੁੰਡਾ ਹੈ ਜਿਹੜੇ ਬੰਦੇ ਕੋਲ, ਉਹ ਬੰਦਾ ਆਪਣੀ ਜ਼ਿੰਦਗੀ ਨੂੰ ਕੰਟਰੋਲ ਚ ਰੱਖਦਾ। ਮਨ ਜਿਹੜਾ ਹੈ ਨਾ, ਮਨ ਹੈਗਾ ਘੋੜਾ, ਇਹਨੇ ਦੌੜਨਾ, ਇਹਨੇ ਕਹਿਣਾ ਰੈਸਟ ਕਰੋ, ਆਰਾਮ ਕਰੋ, ਵਿਹਲੇ ਬੈਠੋ, ਕੀ ਲੈਣਾ, ਕਾਹਦੇ ਲਈ ਕਰਨਾ, ਕਿਉਂ ਕਰਨਾ, ਇਹ ਬੜਾ ਵਿਗੜਿਆ ਹੋਇਆ। ਤੇ ਗਿਆਨ ਦਾ ਕਿੱਲਾ ਤਕੜਾ, ਗਿਆਨ ਦਾ ਸੰਗਲ ਤਕੜਾ ਕਰੋ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਲਈ, ਸਮਝ ਲਈ, ਕੁੰਭੇ ਬੱਧਾ ਜਲ ਰਹੇ,
जल बिन कुंभ ना होए ज्ञान का बद्दा मन है। मन कादे नाल बजदा ज्ञान नाल। मन नूं बन्नण वास्ते कोई चीज ही है नहीं, ज्ञान नाल बजदा। ते जिन्ना बंदा ज्ञान इकट्ठा करदा, हुण जिहड़े सुन रहे हो ਉਹ ਇਕੱਠਾ ਕਰ ਲੈਂਦੇ, ਸ਼ਬਦ ਪੜ੍ਹਨਾ ਹੈ ਤਾਂ ਵੀ ਇਕੱਠਾ ਕਰਨਾ, ਵੀ ਜਿੰਨੀ ਮੈਨੂੰ ਨੌਲੇਜ ਮਿਲ ਸਕਦੀ ਹੈ, ਗਿਆਨ ਮਿਲ ਸਕਦਾ ਮੈਂ ਲਵਾਂ, ਮੈਨੂੰ ਨਵੀਂ ਤੋਂ ਨਵੀਂ। ਮੈਂ ਆਯੁਰਵੇਦਾ ਵਾਲੇ ਡਾਕਟਰ ਕੋਲ ਗਿਆ, ਮੈਨੂੰ ਕਹਿੰਦਾ ਜੀ ਇੱਕ ਵਾਤ ਬੋਡੀ ਹੁੰਦੀ ਹੈ, ਵਾਤ ਵਾਲੇ ਹੁੰਦੇ ਨੇ, ਇੱਕ ਪਿੱਤ ਵਾਲੇ ਹੁੰਦੇ ਨੇ, ਇੱਕ ਕਫ ਵਾਲੇ ਹੁੰਦੇ ਨੇ। ਤਿੰਨ ਤਰ੍ਹਾਂ ਦੇ ਸਰੀਰ ਹੁੰਦੇ ਨੇ, ਇੱਕ ਕਫ ਬੋਡੀ ਹੁੰਦੀ ਹੈ, ਇੱਕ ਵਾਤ ਵਾਲੀ ਹੁੰਦੀ ਹੈ, ਇੱਕ ਪਿੱਤ ਬੋਡੀ ਹੁੰਦੀ ਹੈ। ਮੈਂ ਉਹਦੇ ਨਾਲ ਗੱਲ ਕਰ, ਮੈਂ ਮੇਰੀ ਕਿਹੜੀ ਬੋਡੀ, ਕਹਿੰਦੇ ਪਿੱਤ ਮਤਲਬ ਤੇਜੀ ਹੈ, ਤੇਜੀ ਪਿੱਤ ਵਾਲੇ ਤੇਜ ਹੁੰਦੇ। ਮੈਂ ਕਿਹਾ ਚਲੋ ਇਹ ਤੇ ਠੀਕ ਹੈ। ਹੁਣ ਨਬਜ ਫੜਦੇ ਨੇ, ਤਿੰਨ ਤਰ੍ਹਾਂ ਦੀ ਬੋਡੀ ਹੁੰਦੀ ਹੈ ਬੰਦੇ ਦੀ, ਜਾਂ ਵਾਤ ਵਾਲੇ ਨੇ, ਜਾਂ ਪਿੱਤ ਵਾਲੇ ਨੇ, ਜਾਂ ਕਫ ਵਾਲੇ ਨੇ। ਹੁਣ ਆਪਣੇ ਸਾਰੇ ਬੰਦਿਆਂ ਦੇ ਜੇ ਕਿਤੇ ਨਬਜ ਫੜ ਕੇ ਚੈੱਕ ਕਰ ਲਈਏ ਵੀ ਇਹਦੀ ਬੋਡੀ ਵਾਤ ਵਾਲੀ ਹੈ, ਤੇ ਵਾਤ ਵਾਲੇ ਬੰਦੇ ਦੇ ਲੱਛਣ ਨੇ ਜਿਹੜੇ ਉਹ ਕੁਝ ਹੋਰ ਨੇ, ਕਫ ਵਾਲੇ ਜਿਹੜੇ ਹੋਣਗੇ ਉਹਨਾਂ ਦੇ ਲੱਛਣ ਕੁਝ ਹੋਰ ਹੋਣਗੇ, ਤੇ ਪਿੱਤ ਬੋਡੀ ਦੇ ਲੱਛਣ ਕੁਝ ਹੋਰ ਹੋਣਗੇ। ਜੇ ਇਹ ਪਤਾ ਲੱਗ ਜੇ ਵੀ ਇਹ ਪਿੱਤ ਬੋਡੀ ਹੈ, ਫਿਰ ਇਹ ਵੀ ਪਤਾ ਲੱਗ ਸਕਦਾ ਵੀ ਇਹ ਤੇਜ ਹੈ, ਇਹ ਦਿਮਾਗ ਕਿਵੇਂ ਕੰਮ ਕਰਦਾ ਹੈ, ਇਹ ਤੇਜ ਖਾਂਦਾ ਹੈ ਕਿ ਹੌਲੀ ਖਾਂਦਾ, ਇਹ ਤੇਜ ਤੁਰਦਾ ਹੈ ਕਿ ਹੌਲੀ ਤੁਰਦਾ। ਮਤਲਬ ਇੱਕ ਚੀਜ਼ ਦਾ ਜੇ ਪਤਾ ਲੱਗ ਜੇ ਉਹਦੀਆਂ ਸਾਰੀਆਂ ਆਦਤਾਂ ਦਾ ਪਤਾ ਲੱਗ ਜਾਂਦਾ, ਨਬਜ਼ ਤੋਂ ਹੀ ਪਤਾ ਲੱਗ ਜਾਏਗਾ ਵੀ ਤੂੰ ਕਿਵੇਂ ਦਾ ਬੰਦਾ, ਉਹਦੇ ਖਾਣਾ ਕਿੱਦਾਂ ਦਾ ਹੋਏਗਾ, ਸੋਚਦਾ ਕਿੱਦਾਂ ਦਾ, ਇਹਦਾ ਕੰਮ ਕਿੱਦਾਂ ਕਰਦਾ, ਇਹ ਕਿਸ ਟਾਈਪ ਦਾ ਬੰਦਾ, ਇਹ ਉਹਦੀ ਨਬਜ਼ ਤੋਂ ਹੀ ਪਤਾ ਲੱਗਦਾ। ਤੇ ਮੈਂ ਡਾਕਟਰ ਨੂੰ ਕਿਹਾ, ਵੈਦ ਨੂੰ, ਮੈਂ ਕਿਹਾ ਜੀ ਨਬਜ਼ ਫੜ ਕੇ ਦੱਸ ਦਿੰਦੇ ਆ ਤੁਸੀਂ ਤੇ ਇਹ ਪਤਾ ਕਿਵੇਂ ਲੱਗਦਾ? ਕਹਿੰਦੇ ਫਲਾਣੀ ਫਲਾਣੀ ਕਿਤਾਬ ਤੋਂ ਪਿੱਤ ਬੋਡੀ ਦਾ ਵਾਤ ਦਾ ਕਹਿੰਦੇ ਕਫ ਦਾ ਪਤਾ ਲੱਗਦਾ। ਮੈਂ ਉਹਨੂੰ ਕਿਹਾ ਮੈਨੂੰ ਕਿਤਾਬ ਲਿਆ ਕੇ ਦਿਓ, ਮੰਗਵਾ ਦਿਓ ਮੈਨੂੰ, ਮੈਂ ਪੜ੍ਹਨੀ ਹੈ, ਮੈਂ ਵੇਖਣਾ, ਮੈਂ ਇਹਦੀ ਜਾਣਕਾਰੀ ਲੈਣੀ, ਮੈਨੂੰ ਵੀ ਪਤਾ ਲੱਗਣਾ ਚਾਹੀਦਾ। ਮਤਲਬ ਕਹਿਣ ਦਾ ਕਿ ਗਿਆਨ ਨਾਲ ਮਨ ਬੱਝਦਾ, ਤੇ ਜੇ ਸਾਨੂੰ ਪਤਾ ਲੱਗਾ ਉਸ ਵਿਸ਼ੇ ਦੀ ਕਿਤਾਬ ਪੜ੍ਹੀਏ, ਲਈਏ ਨੌਲੇਜ, ਐਕਸਾਈਟਮੈਂਟ ਹੋਣੀ ਚਾਹੀਦੀ ਕਿ ਪੜ੍ਹੀਏ, ਪੜ੍ਹਾਂਗੇ, ਵੇਖਾਂਗੇ, ਚੈੱਕ ਕਰਾਂਗੇ ਕੀ ਇਹਦੇ ਵਿੱਚ ਨਵਾਂ ਮਿਲੇਗਾ, ਨੌਲੇਜ ਮਿਲੇਗੀ। ਹਰ ਵੇਲੇ ਭੁੱਖ ਲੱਗਣੀ ਚਾਹੀਦੀ, ਨਵਾਂ ਸਿੱਖਣ ਦੀ ਭੁੱਖ ਲੱਗਣੀ ਚਾਹੀਦੀ। ਮੈਂ ਨਾ ਦੋ ਨਹੀਂ ਚਾਰ ਸਾਲ ਕੋਈ ਕਿਤਾਬ ਨਹੀਂ ਪੜ੍ਹੀ, ਚਾਰ ਸਾਲ ਮੈਂ ਕੋਈ ਕਿਤਾਬ ਨਹੀਂ ਪੜ੍ਹੀ। ਹੁਣ ਮੈਨੂੰ ਡਾਕਟਰ ਨੇ ਆਖਿਆ ਕਿ 15 ਦਿਨ ਕਿਤੇ, 3-4 ਮਹੀਨੇ ਕਿਤੇ ਜਾਣਾ ਨਹੀਂ। ਮੈਂ ਕੀ ਕੀਤਾ, ਆਪਣੀ ਲਾਇਬ੍ਰੇਰੀ ਵਿੱਚੋਂ ਝਾੜ ਚੰਬ ਕੀਤੀ, ਵਿੱਚੋਂ ਮੈਨੂੰ ਕੁਛ 5-7-10 ਕਿਤਾਬਾਂ ਮਿਲ ਗਈਆਂ ਜਿਹੜੀਆਂ ਮੇਰੇ ਪੜ੍ਹਨ ਯੋਗ ਸੀ। ਬਾਕੀ ਧਾਰਮਿਕ ਕਿਤਾਬਾਂ ਬਹੁਤੀਆਂ, ਉਹ ਹੁਣ ਵਿਚਾਰਧਾਰਾ ਨਹੀਂ ਰਲਦੀ, ਫਿਰ ਆਪਾਂ ਕਹਿੰਦੇ ਨੇ ਆਹ ਠੀਕ ਨਹੀਂ ਲਿਖਿਆ, ਆਹ ਠੀਕ ਨਹੀਂ ਲਿਖਿਆ, ਆਹ ਠੀਕ ਨਹੀਂ ਲਿਖਿਆ, ਉਹ ਫਿਰ ਅਸੀਂ ਆਪਣਾ ਹੀ ਉਹਨੂੰ ਚੈੱਕ ਕਰੀ ਜਾਂਦੇ ਹਾਂ, ਉਹ ਠੀਕ ਨਹੀਂ, ਮਾਸਟਰ ਬਣ ਕੇ ਵੀ ਆਹ ਵਧੀਆ ਨਹੀਂ ਗੱਲ, ਆਹ ਠੀਕ ਨਹੀਂ ਲਿਖੀ। ਮੈਂ ਕੀ ਕੀਤਾ, ਮੈਂ ਕਿਤਾਬਾਂ 5-7 ਮੈਨੂੰ 10 ਮਿਲ ਗਈਆਂ, ਜੀਵਣੀਆਂ ਮਿਲ ਗਈਆਂ ਆਪਣੀ ਲਾਇਬ੍ਰੇਰੀ ਚ, ਤੇ ਮੈਂ 7 ਦਿਨਾਂ ਚ 7 ਕਿਤਾਬਾਂ ਪੜ੍ਹ ਪੜ੍ਹ ਰੋਜ਼ ਇੱਕ ਕਿਤਾਬ, 400-400 ਪੇਜ ਦੀ ਕਿਤਾਬ ਰੋਜ਼ ਪੜ੍ਹੀ। ਹੁਣ ਮੈਨੂੰ ਸ਼ੌਕ ਪੈਦਾ ਹੋ ਗਿਆ ਵੀ ਯਾਰ ਬੜਾ ਨਜ਼ਾਰਾ ਆਇਆ, ਦਿਮਾਗ ਇੱਕ ਪਾਸੇ ਲੱਗਾ ਰਿਹਾ। ਮੈਂ ਇਹਨੂੰ ਹਰਿੰਦਰ ਨੂੰ ਭੇਜ ਕੇ ਸਮਾਣੇ ਤੋਂ ਜਿੱਥੋਂ ਛਪਦੀਆਂ 300 ਕਿਤਾਬ ਮੰਗਾਈ, ਉਹਨੇ ਸਾਰੀਆਂ ਲਿਆਂਦੀਆਂ, ਜਿੰਨੀਆਂ ਛਪੀਆਂ ਨੇ ਮੈਂ ਕਿਹਾ ਸਾਰੀਆਂ ਲਿਆਂ, ਜੋ ਮੈਨੂੰ ਜਿਹੜੀਆਂ ਮੇਰੇ ਕੋਲ ਹੈਗੀਆਂ ਸੀ ਮੈਂ ਉਹ ਰੱਖ ਨਹੀਂ ਰੱਖੀਆਂ, ਮੋੜਤੀਆਂ, ਬਾਕੀ ਸਾਰੀਆਂ ਰੱਖੀਆਂ। ਮੈਨੂੰ ਇੰਨਾ ਚਾਅ ਜਿਵੇਂ ਕਿਸੇ ਕੁੜੀ ਨੂੰ ਬੜਾ ਦਾਜ ਨਹੀਂ ਮਿਲ ਜਾਂਦਾ, ਜਿਵੇਂ ਕਿਸੇ ਦਾ ਵੀਜ਼ਾ ਨਹੀਂ ਲੱਗ ਜਾਂਦਾ ਕੈਨੇਡਾ ਦਾ, ਖੁਸ਼ ਨਹੀਂ ਹੋ ਜਾਂਦਾ ਬੰਦਾ। ਮੈਨੂੰ ਇੰਨਾ ਚਾਅ ਆ ਕਿਤਾਬਾਂ ਦਾ ਵੀ ਉਹ ਨਵੀਆਂ ਆਈਆਂ ਨੇ ਤੇ ਮੈਂ ਹੁਣ ਇੱਕ ਇੱਕ ਕਰਕੇ ਪੜ੍ਹਾਂ। ਮੈਂ 100 ਪੇਜ ਤੇ ਰੋਜ਼ ਪੜ੍ਹਾਂਗਾ, ਮੈਨੂੰ ਹੁਣ ਜੀ ਕਰਦਾ ਜੇ 100 ਪੜਾਂਗਾ, ਜੇ 400 ਦੀ ਕਿਤਾਬ ਹੋਈ ਤੇ 4 ਦਿਨਾਂ ਚ ਪੜ੍ਹੀ ਜਾਈ, ਜੇ 200 ਪੇਜ ਦੀ ਕਿਤਾਬ ਹੋਈ ਤੇ 2 ਦਿਨਾਂ ਚ ਨਿਬੜ ਜਾਂਦੀ, ਕਈ ਕਿਤਾਬਾਂ 1 ਦਿਨ ਚ ਨਿਬੜ ਜਾਂਦੀ, 100 ਪੇਜ ਦੀ ਕਿਤਾਬ 1 ਦਿਨ ਚ ਨਿਬੜ ਜਾਂਦੀ। ਮਤਲਬ ਚਾਹ ਚੜ ਗਿਆ, ਐਕਸਾਈਟਮੈਂਟ ਹੋ ਗਈ ਵੀ ਬੜਾ ਨਜ਼ਾਰਾ, ਵੀ ਆਹ ਤੇ ਮੌਜ ਲੱਗਦੀ, ਆਪਾਂ ਪੜ੍ਹਾਂਗੇ, ਧਿਆਨ ਦੇਵਾਂਗੇ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਐਕਸਾਈਟਮੈਂਟ ਹੋਣੀ ਚਾਹੀਦੀ ਹੈ। ਸੱਚਾ ਨਾਮ ਮੇਰਾ ਆਧਾਰ, ਆਧਾਰ ਕਹਿੰਦੇ ਨੇ ਖੁਰਾਕ, ਰੱਜ, ਮੇਰੀ ਸੰਤੁਸ਼ਟੀ,
ਮੇਰੀ ਜ਼ਿੰਦਗੀ ਦਾ ਬੇਸ ਸਾਡਾ ਹੋਣਾ ਚਾਹੀਦਾ ਗਿਆਨ ਲੈਣਾ। ਹੁਣ ਮੰਨ ਕੇ ਚੱਲੋ ਆਪਾਂ ਇੱਥੇ 20 ਜਣੇ ਬੈਠੇ, 15 ਜਣੇ, 20 ਜਣੇ, ਹੁਣ ਆ ਗੱਲ ਸੁਣ ਲਈ ਵੀ ਖਾਣਾ ਘੱਟ, ਇਦਾਂ ਧਿਆਨ ਬੈਲੈਂਸ ਆਪਾਂ ਗੱਲ ਕੀਤੀ ਸਾਰੀ, ਇੱਕ ਨੇ ਸੁਣੀ ਇਧਰੋਂ ਕਬੀਰ ਸੱਚਾ ਸਤਿਗੁਰ ਕਿਆ ਕਰੇ, ਗਿਆਨ ਭਾਵੇਂ ਸੱਚਾ ਵੀ ਹੋਵੇ, ਜੋ ਸਿੱਖਾਂ ਮਹਿ ਚੂਕ ਅੰਧੇ ਇੱਕ ਨਾ ਲੱਗਈ, ਜੋ ਬਾਂਸ ਵਜਾਈਏ ਫੂਕ। ਅਕਲ ਦੇ ਅੰਧਿਆਂ ਨੂੰ ਇੱਕ ਨਹੀਂ ਲੱਗਣੀ, ਅਸਰ ਹੀ ਨਹੀਂ ਹੋਣਾ, ਸੁਣ ਲੈਣਾ ਤੇ ਕੱਲ ਨੂੰ ਪਰੌਂਠੇ ਬਣਾ ਕੇ ਫਿਰ ਚੈੱਕ ਕਰੇ। ਕਾਜੀ ਸਾਹਿਬ ਚੈੱਕ ਚੈੱਕ ਤਾਂ ਫਿਰ ਕੀ ਹੋਣਾ, ਚਾਰ ਚਾਰ ਪੰਜ ਪੰਜ ਚੱਕ ਲੈਣੇ, ਫਿਰ ਇਹ ਨਹੀਂ ਸੋਚਣਾ ਵੀ ਨਹੀਂ ਯਾਰ ਆਪਾਂ ਗੱਲ ਸੁਣੀ ਸੀ, ਮੈਂ ਆਪਣੀ ਜ਼ਿੰਦਗੀ ਦਾ ਅਸੂਲ ਬਣਾ ਕੇ ਰੱਖਿਆ, ਮੈਨੂੰ ਕਿਸੇ ਨੇ ਦੱਸਿਆ ਸੈਲਡ ਚੰਗਾ ਹੈ ਮੈਂ ਖਾਧਾ, ਕਿਸੇ ਨੇ ਦੱਸਿਆ ਜਿਮ ਚੰਗੀ ਹੈ ਮੈਂ ਕੀਤੀ, ਕਿਸੇ ਨੇ ਦੱਸਿਆ ਨਹਾਉਣਾ ਚੰਗਾ ਹੈ ਸਵਿਮਿੰਗ ਕਰਨੀ ਚਾਹੀਦੀ ਹੈ ਮੈਂ ਸ਼ੁਰੂ ਕੀਤੀ, ਕਿਸੇ ਨੇ ਦੱਸਿਆ ਵੀ ਯੋਗਾ ਕਰਨਾ ਚਾਹੀਦਾ ਮੈਂ ਕੀਤਾ, ਮੈਡੀਟੇਸ਼ਨ ਕਰਨਾ ਚਾਹੀਦਾ ਮੈਂ ਕੀਤਾ, ਕੁੰਡਲੀਨੀ ਜਗਾਉਣੀ ਚਾਹੀਦੀ ਮੈਂ ਜਗਾਈ, ਜਿਹੜੀ ਚੀਜ਼ ਵਧੀਆ ਲੱਗੀ ਉਹਨੂੰ ਕਰਕੇ ਕੀਤਾ ਕਰਨਾ। ਤੇ ਮੈਂ ਕਹਿ ਰਿਹਾ ਵੀ ਸਾਡੀ ਆਦਤ ਹੋਣੀ ਚਾਹੀਦੀ ਹੈ ਵੀ ਜੇ ਕੋਈ ਚੰਗੀ ਚੀਜ਼ ਮਿਲ ਗਈ ਉਹਨੂੰ ਪੱਲੇ ਨਾਲ ਬੰਨ ਲੈਣਾ, ਵੀ ਬੰਨ ਲਿਆ ਆਹ ਗੱਲ ਮੈਂ ਪੱਲੇ ਬੰਨ ਲਈ, ਮੈਂ ਨਹੀਂ ਮੁੜ ਕੇ ਕਰਦਾ ਗਲਤੀ ਜ਼ਿੰਦਗੀ 'ਚ, ਮੈਂ ਗਲਤੀ ਨਹੀਂ ਕਰਦਾ। ਹੁਣ ਜਿਹੜਾ ਬੰਦਾ ਇਹਨੂੰ ਮੰਨੀ ਜਾਂਦਾ ਮੰਨੀ ਜਾਂਦਾ ਮੰਨੀ ਜਾਂਦਾ ਮੰਨੀ ਜਾਂਦਾ, ਉਹ ਗੰਦ ਚੋਂ ਨਿਕਲ ਜਾਂਦਾ, ਉਲਝਣ ਥਾਣੀਆਂ ਚੋਂ ਨਿਕਲ ਜਾਂਦਾ, ਜ਼ਿੰਦਗੀ ਉਹਦੀ ਸੋਹਣੀ ਬਣਨ ਲੱਗ ਜਾਂਦੀ। ਤੇ ਜਿਹਨੇ ਇੱਧਰੋਂ ਸੁਣਨਾ ਇੱਧਰ ਗੜ ਜਾਣਾ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਭਾਵੇਂ ਸਾਰੀ ਜ਼ਿੰਦਗੀ ਸੁਣੀ ਜਾਏ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਹੋ ਜਾਓ, ਸੌ ਵਾਰੀ ਆਵੇ ਸੌ ਵਾਰੀ ਜਾਵੇ ਸੌ ਵਾਰੀ ਸੁਣੇ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ।